ਹੋ ਗਏ ਜਮੇ ਸੂਟ ਪਾਏ ਹੋਏ ਨੇ, ਸਾਰੇ ਸੂਟ ਪਏ ਨੇ। ਤੇ ਕਿੰਨੇ ਦਾ ਜੀ? ਇੱਕ 350 ਦਾ ਜੀ। ਲਓ, ਤੇ ਇਹ ਸਾਰੇ ਤੁਹਾਨੂੰ ਸੂਟ ਲੁਧਿਆਣੇ ਘੰਟਾ ਘਰ ਦੀ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ। ਕੀ ਰੇਟ ਆ ਵੀਰੇ? 150 ਦਾ ਜੀ। ਲਓ, 150 ਦਾ ਤੁਹਾਨੂੰ ਐਂ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਲੁਧਿਆਣੇ, ਤੇ ਆਪਾਂ ਇਸ ਟਾਈਮ ਖੜੇ ਹਾਂ ਕਲੋਕ ਟਾਵਰ ਦੇ ਕੋਲੇ, ਆਪਣੇ ਪਿੱਛੇ ਬਿਲਕੁਲ ਕਲੋਕ ਟਾਵਰ ਆ। ਤੇ ਇੱਥੇ ਬਹੁਤ ਵੱਡੀ ਕੱਪੜਿਆਂ ਦੀ ਮਾਰਕੀਟ ਆ, ਇਹਨੂੰ ਘੰਟਾ ਘਰ ਵੀ ਕਹਿੰਦੇ ਆ, ਚੌੜਾ ਬਾਜ਼ਾਰ ਵੀ ਕਹਿੰਦੇ ਆ। ਤੇ ਬਹੁਤ ਵੱਡੀ ਇੱਥੇ ਕੱਪੜਿਆਂ ਦੀ ਮਾਰਕੀਟ ਆ, ਤੁਹਾਨੂੰ ਸਾਰੀ ਆਪਾਂ ਇਹ ਮਾਰਕੀਟ ਦਿਖਾਵਾਂਗੇ, ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਓ। ਲਓ ਵੀ, ਇੱਥੋਂ ਸਾਰਾ ਆਪਾਂ ਇਹ ਵੀਡੀਓ ਜਿਹੜੀ ਸਟਾਰਟ ਕਰਨ ਲੱਗੇ ਹਾਂ, ਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਸਾਰੀ ਇਹ ਮਾਰਕੀਟ ਘੰਟਾ ਘਰ ਦੀ। ਤੇ ਇੱਥੇ ਬਾਹਰ ਐਵੇਂ ਕੱਪੜੇ ਲੱਗੇ ਹੁੰਦੇ ਆ, ਤੁਸੀਂ ਆ ਕੇ ਖਰੀਦ ਸਕਦੇ ਹੋ, ਜਿਵੇਂ ਮਤਲਬ ਲੋਅਰਾਂ ਹੋ ਗਈਆਂ, ਬਾਕੀ ਹੋਰ ਹੋ ਗਏ, ਜਿਵੇਂ ਆਹ ਪਏ ਨੇ ਸੂਟ ਪਏ ਨੇ, ਜਿਵੇਂ ਬਾਕੀ 250, ਬਾਕੀ ਆ ਲਹਿੰਗੇ ਹੋ ਗਏ, ਜਿਵੇਂ ਤੁਸੀਂ ਸਾਰੇ ਆ ਕੇ ਇੱਥੇ ਖਰੀਦ ਸਕਦੇ ਹੋ। ਬਾਕੀ ਲੋਅਰਾਂ ਹੋ ਗਈਆਂ ਜਿਵੇਂ, ਤੇ ਬਾਕੀ ਚੂੜੇ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ, ਹੋਰ ਵੀ ਕਾਫੀ ਸਮਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ। ਲੁਧਿਆਣੇ ਘੰਟਾ ਘਰ ਦੀ ਮਾਰਕੀਟ, ਇਹਨੂੰ ਚੌੜਾ ਬਾਜ਼ਾਰ ਵੀ ਕਹਿੰਦੇ ਨੇ। ਬਾਕੀ ਜੁੱਤੀਆਂ ਹੋ ਗਈਆਂ ਜਿਵੇਂ, ਬਾਕੀ ਚੱਪਲਾਂ ਪਈਆਂ ਨੇ, ਸੇਲ 200 ਲਿਖਿਆ ਆ। ਲਓ ਵੀ, ਤੇ ਬਾਕੀ ਅੱਗੇ ਹੋਰ ਦਿਖਾਉਂਦੇ ਹਾਂ ਤੁਹਾਨੂੰ। ਤੇ ਬਾਕੀ ਆਹ ਪਏ ਨੇ ਜਿਵੇਂ ਸੂਟ ਪਏ ਨੇ, ਜਿਵੇਂ ਬਾਕੀ ਹੋਰ, ਬਾਕੀ ਭੂਰੇ ਵਗੈਰਾ ਵੀ ਮਿਲ ਜਾਣਗੇ। ਬਾਕੀ ਹੋਰ ਵੀ ਕਾਫੀ ਤੁਹਾਨੂੰ ਕੱਪੜਾ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ, ਕਾਫੀ ਵੱਡੀ ਇਹ ਮਾਰਕੀਟ ਆ, ਤੇ ਇੱਦਾਂ ਦਾ ਕੱਪੜਾ ਸਾਰਾ ਤੁਹਾਨੂੰ ਇੱਥੇ ਮਿਲ ਜੂਗਾ। ਲਓ ਜੀ, ਤੇ ਬਾਕੀ ਅੱਗੇ ਬੱਚਿਆਂ ਦੇ ਕੱਪੜੇ ਪਏ ਨੇ ਜਿਵੇਂ, ਤੇ ਬਾਕੀ ਬੈਗ ਵਗੈਰਾ ਵੀ ਮਿਲ ਜਾਣਗੇ, ਭੂਰੇ ਮਿਲ ਜਾਣਗੇ ਤੁਹਾਨੂੰ। ਬਾਕੀ ਸ਼ਰਟਾਂ ਪਈਆਂ ਨੇ 200 ਨੂੰ, 200 ਨੂੰ ਸਾਰੀਆਂ, ਆ ਲੋਹਰਾਂ ਪਈਆਂ ਨੇ 200 ਨੂੰ, ਲਿਖਿਆ ਵੀ ਹੋਇਆ 200 ਸੇਲ 200। ਬਾਕੀ ਆਹ ਸ਼ਰਟਾਂ ਪਈਆਂ ਨੇ ਦੇਖੋ, ਲੋਹਰਾਂ ਪਈਆਂ ਨੇ। ਬਾਕੀ ਇੱਧਰ ਵੀ ਕਾਫੀ ਮਾਰਕੀਟ ਹੈ, ਤੇ ਆਪਾਂ ਅੱਗੇ ਚੱਲਦੇ ਹਾਂ, ਅੱਗੇ ਹੋਰ ਦਿਖਾਉਂਦੇ ਹਾਂ। ਤੇ ਬਾਕੀ ਬੈਗ ਵਗੈਰਾ ਪਏ ਨੇ ਆਹ, ਤੇ ਇੱਧਰਲੀ ਸ਼ਾਇਦ ਵੀ ਆਪਾਂ ਦੂਜੀ ਸ਼ਾਇਦ ਵੀ ਵਾਪਸ ਆਉਂਦੇ ਹੋ ਤੁਹਾਨੂੰ ਦਿਖਾਵਾਂਗੇ ਸਾਰੀ ਮਾਰਕੀਟ। ਬਾਕੀ ਆ ਜੁੱਤੀ ਪਈ ਆ ਸਾਰੀ, ਤੁਸੀਂ ਪੰਜਾਬੀ ਜੁੱਤੀ ਲੈ ਸਕਦੇ ਹੋ, ਪੰਜਾਬੀ ਜੁੱਤੀ ਦੇਖੋ ਕਿੰਨੀ ਜ਼ਿਆਦਾ ਪਈ ਆ, ਆਹ ਦੇਖੋ ਪੰਜਾਬੀ ਜੁੱਤੀ। ਲਓ, ਤੇ ਆਹ ਲੋਹਰਾਂ ਦੇਖੋ, ਬਾਕੀ ਆਹ ਦੇਖੋ ਸ਼ਰਟਾਂ, ਬਾਕੀ ਆਹ ਲੋਹਰਾਂ ਪਈਆਂ ਨੇ। ਤੇ ਕਾਫੀ ਕੱਪੜੇ ਮਾਰਕੀਟ ਦੇ ਵਿੱਚ, ਬਾਕੀ ਬੱਚਿਆਂ ਵਾਲੇ ਕੱਪੜੇ ਪਏ ਨੇ, ਸ਼ਰਟਾਂ ਪਈਆਂ ਨੇ ਜਿਵੇਂ, ਬਾਕੀ ਲੋਹਰਾਂ, ਤੇ ਬਾਕੀ ਉੱਪਰ ਵੀ ਕਾਫੀ ਕੱਪੜੇ ਪਏ ਨੇ। ਤੇ ਲਓ, ਬਾਕੀ ਪੈਂਟ ਸ਼ਰਟ, ਬਾਕੀ ਆਹ ਕੱਪੜੇ ਪਏ ਨੇ ਸਾਰੇ ਇੱਧਰ। ਲਓ ਵੀ, ਲੋਹਰਾਂ ਟੀ ਸ਼ਰਟਾਂ ਪੈਂਟਾਂ ਬਾਈਕਾਂ ਤੇ, ਤੇ ਬਾਕੀ ਇੱਧਰ ਕੋਟ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਮਾਰਕੀਟ ਦੇ ਵਿੱਚੋਂ, ਰੈਡੀਮੇਡ ਪੈਂਟ ਸ਼ਰਟ ਵੀ ਬਾਈਕਾਂ ਨਾਲ ਮਿਲ ਜੂਗੀ। ਲਓ ਵੀ, ਇੱਥੇ ਤੁਹਾਨੂੰ ਕੋਟ ਵਗੈਰਾ, ਕੋਟ ਪੈਂਟ ਵੀ ਮਿਲ ਜਾਣਗੇ ਕਾਫੀ, ਤੇ ਜਿਵੇਂ ਪੈਂਟ ਦਿਸਿਆ ਹੋਇਆ, ਬਾਕੀ ਆਹ ਕੋਟ ਪਏ ਨੇ ਕਾਫੀ, ਬਾਕੀ ਫਾਰਮਲ ਪੈਂਟਾਂ ਵੀ ਮਿਲ ਜਾਣਗੀਆਂ, ਤੇ ਕਾਫੀ ਕੱਪੜਾ ਤੁਹਾਨੂੰ ਇੱਥੋਂ ਮਿਲ ਜੂਗਾ। ਤੇ ਬਾਕੀ ਲੋਹਰਾਂ ਹੋ ਗਈਆਂ, ਆਪਾਂ ਅੱਗੇ ਚੱਲਦੇ ਹਾਂ, ਅੱਗੇ ਦਿਖਾਉਂਦੇ ਹਾਂ ਤੁਹਾਨੂੰ। ਐਵੇਂ ਦੇ ਇੱਥੇ ਕੁੜਤੇ ਮਿਲ ਜਾਣਗੇ, ਕੁੜਤੇ ਪਏ ਨੇ ਬਾਕੀ, ਜਿਵੇਂ ਕੀ ਰੇਟ ਆ ਵੀਰੇ? 150 ਦਾ ਜੀ। ਲਓ, 150 ਦਾ ਤੁਹਾਨੂੰ ਐਵੇਂ ਦੇ ਕੁੜਤੇ ਇੱਥੋਂ ਮਿਲ ਜਾਣਗੇ 150 ਦੇ। ਬਾਕੀ ਆਹ ਦੇਖੋ 250, ਕਾਫੀ ਵੱਡੀ ਮਾਰਕੀਟ ਆ। ਲਓ ਵੀ, ਹੋਲ ਸੇਲ ਲਿਖਿਆ ਹੋਇਆ, ਬਾਕੀ ਐਨਕਾਂ ਵਗੈਰਾ ਵੀ ਮਿਲ ਜਾਣਗੀਆਂ, ਤੇ ਕਾਫੀ ਵੱਡੀ ਇਹ ਮਾਰਕੀਟ ਆ। ਬਾਕੀ ਇੱਧਰ ਵੀ ਹੈਗੀ ਆ ਕਾਫੀ ਵੱਡੀ ਮਾਰਕੀਟ, ਕੱਪੜਾ ਬਹੁਤ ਆ ਲੁਧਿਆਣੇ, ਤੁਸੀਂ ਆ ਸਕਦੇ ਹੋ, ਤੇ ਕਿਸੇ ਵੀ ਟਾਈਮ ਕਿਸੇ ਵੀ ਦਿਨ ਤੁਸੀਂ ਇਹ ਮਾਰਕੀਟ ਆ ਸਕਦੇ ਹੋ। ਲਓ ਜੀ, ਦੇਖੋ ਸਾਰੀ ਮਾਰਕੀਟ, ਤੇ ਆਪਾਂ ਤੁਹਾਨੂੰ ਦੂਜੀ ਸਾਈਡ ਫਿਰ ਮੁੜਦੇ ਹੋਏ ਦਿਖਾਵਾਂਗੇ ਸਾਰੀ ਮਾਰਕੀਟ। ਬਾਕੀ ਪੈਂਟਾਂ ਆ ਗਈਆਂ, ਜੀਨ ਦੀਆਂ ਜਿਵੇਂ, ਤੇ ਆਹ ਸ਼ੇਰਵਾਨੀ ਆ ਗਈ, ਜਿਵੇਂ ਸ਼ੇਰਵਾਨੀ ਦੇਖੋ, ਕੋਟ ਦੇਖੋ,
ਸ਼ੇਰਵਾਨੀ ਹੋ ਗਈ ਸਾਰੀ, ਬਾਕੀ ਆ ਸੂਟ ਹੋ ਗਏ, ਜਿਵੇਂ ਸੂਟ ਪਾਏ ਹੋਏ ਨੇ, ਸਾਰੇ ਸੂਟ ਪਏ ਨੇ। ਤੇ ਕਿੰਨੇ ਦਾ ਜੀ? ਇੱਕ 350 ਦਾ ਜੀ। ਲਓ, ਤੇ ਇਹ ਸਾਰੇ ਤੁਹਾਨੂੰ ਸੂਟ ਲੁਧਿਆਣੇ ਘੰਟਾ ਘਰ ਦੀ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ, ਜਿਵੇਂ ਐਵੇਂ ਦੇ ਸੂਟ ਨੇ। ਲਓ, ਬਾਈ ਜੀ ਨੇ ਦਿਖਾ ਤੇ ਖੋਲ ਕੇ, ਤੇ ਤੁਸੀਂ ਆ ਸਕਦੇ ਹੋ ਲੁਧਿਆਣੇ। ਤੇ ਬਾਕੀ ਕੋਟ ਪੈਂਟ 2-2 ਹਜ਼ਾਰ ਨੂੰ ਲਿਖਿਆ ਹੋਇਆ, ਜਿਵੇਂ ਬਾਕੀ ਆਹ ਦੇਖੋ ਇੱਧਰ ਪੈਂਟ, ਬਾਕੀ ਹੋਰ ਇੱਧਰ ਪਏ ਨੇ, ਅਤੇ ਬਾਕੀ ਆਹ ਪਏ ਨੇ ਸੂਟ ਸਾਰੇ। ਅਤੇ ਬਾਕੀ ਅੱਗੇ ਜੁੱਤੀਆਂ ਦੀ ਆ ਗਈ, ਤਾਂ ਤੁਹਾਨੂੰ ਜੁੱਤੀਆਂ ਮਿਲ ਜਾਣਗੀਆਂ, ਵਿਆਹ ਜੁੱਤੀਆਂ ਪਈਆਂ ਨੇ। ਲਓ ਜੀ, ਬਾਕੀ ਕਾਫੀ ਵੱਡੀ ਇਹ ਮਾਰਕੀਟ ਆ ਲੁਧਿਆਣੇ ਦੀ ਕੱਪੜੇ ਦੀ, ਤੁਸੀਂ ਆ ਕੇ ਇੱਥੇ ਕੱਪੜਾ ਖਰੀਦ ਸਕਦੇ ਹੋ। ਅਤੇ ਬਾਕੀ ਇੱਧਰ ਵੀ ਹੈਗੀ ਆ, ਇਹ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ, ਅਤੇ ਆਹ ਵੀ ਤੁਹਾਨੂੰ ਆਪਾਂ ਵਾਪਸੀ ਟਾਈਮ ਦਿਖਾਉਂਦੇ ਹਾਂ ਸਾਰੀ। ਬਾਕੀ ਟਾਵਲ ਵਗੈਰਾ ਪਏ ਨੇ, ਜਿਵੇਂ ਆਹ ਪਏ ਨੇ, ਅਤੇ ਆਹ ਦੇਖੋ ਜਿਵੇਂ ਸਾਰੇ ਤੁਹਾਨੂੰ ਇਹ ਲੁਧਿਆਣੇ ਮਿਲ ਜਾਣਗੇ। ਕੀ ਰੇਟ ਆ ਵੀਰ ਇਹਨਾਂ ਦਾ? 150 ਜੀ, 150। ਅਤੇ ਬਾਕੀ ਬੈਗ ਵਗੈਰਾ ਵੀ ਮਿਲ ਜਾਣਗੇ, ਹੋਰ ਵੀ ਤੁਹਾਨੂੰ ਕਾਫੀ ਸਮਾਨ ਇੱਥੇ ਆਮ ਘਰੇਲੂ ਸਮਾਨ ਆਪਾਂ ਡੇਲੀ ਯੂਜ਼ ਕਰਨ ਵਾਲਾ ਤੁਹਾਨੂੰ ਸਮਾਨ ਵੀ ਇੱਥੋਂ ਮਿਲ ਜੂਗਾ ਮਾਰਕੀਟ ਦੇ ਵਿੱਚੋਂ। ਅਤੇ ਬਾਕੀ ਫੁਲਕਾਰੀਆਂ ਹੋ ਗਈਆਂ, ਜਿਵੇਂ ਫੁਲਕਾਰੀਆਂ ਹੋ ਗਈਆਂ, ਫੁਲਕਾਰੀਆਂ ਮਿਲ ਜਾਣਗੀਆਂ। ਅਤੇ ਬਾਕੀ ਬੱਚਿਆਂ ਵਾਲੇ ਕੱਪੜੇ ਆ ਗਏ, ਜਿਵੇਂ ਬੱਚਿਆਂ ਵਾਲੇ ਕੱਪੜੇ ਵੀ ਮਿਲ ਜਾਣਗੇ। ਅਤੇ ਪੈਂਟਾਂ ਫੋਰਮਲ ਦੀਆਂ ਸਾਰਾ ਤੁਹਾਨੂੰ ਕੱਪੜਾ ਲੁਧਿਆਣੇ ਦੇ ਮਾਰਕੀਟ ਦੇ ਵਿੱਚੋਂ ਮਿਲ ਜੂਗਾ। ਬਾਕੀ ਦੁਪੱਟੇ ਆ ਗਏ, ਦੁਪੱਟੇ ਪਏ ਨੇ ਸਾਰੇ, ਦੁਪੱਟੇ ਦੇਖ ਸਕਦੇ ਹੋ, ਦੁਪੱਟੇ ਦੇਖ ਸਕਦੇ ਹੋ। ਕੀ ਰੇਟ ਆ ਦੁਪੱਟੇ ਦਾ ਜੀ? 100 ਰੁਪਏ ਦਾ ਦੁਪੱਟਾ। ਬਾਕੀ ਹੋਰ ਵੀ ਭਾਈ ਜੋੜਾ 150 ਦਾ ਲਾਵਾ, ਜੋੜਾ 150 ਦਾ ਲਓ ਜੀ, ਜੋੜਾ 150 ਦਾ। ਬਾਕੀ ਆਹ ਪਏ ਨੇ ਇੱਧਰ, ਹੋਰ ਸਾਰਾ ਤੁਹਾਨੂੰ ਇੱਥੋਂ ਲੁਧਿਆਣੇ ਮਿਲ ਜੂਗਾ ਕਿ ਤੁਸੀਂ ਲੈ ਸਕਦੇ ਹੋ ਐਨੀ ਟਾਈਮ। ਬਾਕੀ ਚੱਪਲਾਂ ਵਗੈਰਾ ਹੋ ਗਈਆਂ, ਜਿਵੇਂ ਇਹ ਲਓ ਵੀ ਇਹ ਸਾਰਾ ਤੁਹਾਨੂੰ ਬੱਚੇ ਵਾਲੇ ਕੱਪੜੇ ਆ ਗਏ, ਲੋਹਰਾਂ ਆ ਗਈਆਂ ਜਿਵੇਂ। ਅਤੇ ਕਾਫੀ ਵੱਡੀ ਇਹ ਮਾਰਕੀਟ ਆ ਲੁਧਿਆਣੇ ਦੀ ਜਿਹੜੀ ਆਪਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ। ਜਿਵੇਂ ਆਹ ਸੂਟ ਪਏ ਨੇ, ਜਿਵੇਂ 350-350 ਲਿਖਿਆ ਹੋਇਆ ਸੇਲ, 350। ਅਤੇ ਟੀ ਸ਼ਰਟਾਂ ਹੋ ਗਈਆਂ ਜਿਵੇਂ, ਬਾਕੀ ਆਹ ਹੋ ਗਈਆਂ ਚੱਪਲਾਂ ਵਗੈਰਾ, ਪੈਂਟਾਂ ਜੀਨ ਦੀਆਂ। ਲਓ ਵੀ ਸੂਟ ਕਾਫੀ ਜ਼ਿਆਦਾ ਪਏ ਨੇ, ਸੂਟ ਤੁਸੀਂ ਕਾਫੀ ਜ਼ਿਆਦਾ ਦੇਖ ਸਕਦੇ ਹੋ। ਬਾਕੀ 100 ਰੁਪਏ ਸੇਲ ਜੀ, 100 ਰੁਪਏ ਜੀ, 100 ਰੁਪਏ ਜੀ, 100 ਰੁਪਏ, 100 ਰੁਪਏ ਸੇਲ ਆ ਜੀ। ਲੇਡੀ ਜੈਂਟਸ ਬਾਈ ਦੇ ਨਾਲ ਜਿਹੜੇ ਮਰਜ਼ੀ ਲਓ। ਬਾਕੀ ਆਹ ਦੇਖੋ ਸਾਰੇ, ਲਓ ਜੀ, ਬਾਕੀ ਤੁਸੀਂ ਆ ਸਕਦੇ ਹੋ ਇੱਥੇ ਬਾਈ ਇਹਨਾਂ ਕੋਲੇ, 100 ਰੁਪਏ ਸੇਲ ਆ। ਅਤੇ ਆਪਾਂ ਤੁਹਾਨੂੰ ਹੁਣ ਦਿਖਾਉਂਦੇ ਹਾਂ ਦੂਜੀ ਸਾਈਡ, ਆਪਾਂ ਤੁਹਾਨੂੰ ਆਹ ਚੌਂਕ ਤੱਕ ਦੱਸ ਦੇ, ਬਾਕੀ ਅੱਗੇ ਵੀ ਮਾਰਕੀਟ ਹੈਗੀ ਆ ਹੋਰ ਕਾਫੀ ਜ਼ਿਆਦਾ, ਜਿਵੇਂ ਤੁਸੀਂ ਦੇਖ ਸਕਦੇ ਅੱਗੇ ਵੀ ਹੈਗੀ ਆ। ਅਤੇ ਇੱਧਰ ਵੀ ਕੱਪੜੇ ਦੁਕਾਨਾਂ ਹੈਗੀਆਂ ਨੇ, ਇੱਧਰ ਵੀ ਹੈਗੀਆਂ ਨੇ, ਅਤੇ ਇੱਧਰ ਘੱਟ ਨੇ, ਇੱਧਰ ਇੱਧਰ ਜ਼ਿਆਦਾ ਨੇ। ਹੁਣ ਆਪਾਂ ਤੁਹਾਨੂੰ ਪਰਲੀ ਸਾਈਡ ਦਿਖਾਉਂਦੇ ਹਾਂ, ਅਤੇ ਬਾਕੀ ਤੁਹਾਨੂੰ ਐਨਕਾਂ ਵੀ ਮਿਲ ਜਾਣਗੀਆਂ, ਐਨਕਾਂ। ਅਤੇ ਬਾਕੀ ਛੋਟੇ ਬੱਚਿਆਂ ਦੇ ਕੱਪੜੇ ਵੀ ਤੁਹਾਨੂੰ ਮਿਲ ਜਾਣਗੇ, ਜਿਵੇਂ ਪਏ ਨੇ ਐਨਕਾਂ ਮਿਲ ਜਾਣਗੀਆਂ। ਬਾਕੀ ਘੜੀਆਂ ਦੇਖੋ, ਘੜੀਆਂ ਕਿੰਨੀਆਂ ਪਈਆਂ ਨੇ, ਘੜੀਆਂ ਮਿਲ ਜਾਣਗੀਆਂ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਅਤੇ ਆਹ ਤੁਹਾਨੂੰ ਇੱਥੇ ਚੱਕਲੇ ਵੇਲ ਨੇ, ਅਤੇ ਬੈਲਟਾਂ ਪਈਆਂ ਨੇ, ਜਿਵੇਂ ਬੈਲਟਾਂ ਮਿਲ ਜਾਣਗੀਆਂ। ਬਾਕੀ ਆਹ ਪਏ ਨੇ ਇੱਧਰ ਕੱਪੜੇ ਸਾਰੇ, ਬਾਕੀ ਜਰਾਬਾ ਵਗੈਰਾ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਤੁਹਾਨੂੰ ਅੱਗੇ ਦਿਖਾਉਂਦੇ ਹਾਂ ਸਾਰੀ ਮਾਰਕੀਟ ਹੈ। ਜਿਵੇਂ ਆਹ ਬਲੈਣਾ ਪਈਆਂ ਨੇ, ਬਲੈਣਾ ਮਿਲ ਜਾਣਗੀਆਂ, ਬਲੈਣਾ। ਅਤੇ ਇਹਨੂੰ ਚੌੜਾ ਬਾਜ਼ਾਰ ਵੀ ਕਹਿੰਦੇ ਆ, ਇਹਨੂੰ ਘੰਟਾ ਘਰ ਵੀ ਕਹਿੰਦੇ ਆ ਲੁਧਿਆਣੇ ਦਾ। ਬਾਕੀ ਇੱਧਰ ਵੀ ਬਹੁਤ ਵੱਡੀ ਮਾਰਕੀਟ ਆ ਕੱਪੜੇ ਦੀ, ਇਹ ਆਪਾਂ ਇੱਥੋਂ ਦਿਖਾ ਰਹੇ ਹਾਂ, ਤੁਸੀਂ ਆ ਕੇ ਦੇਖ ਲਿਓ। ਲਓ ਜੀ, ਕਾਫੀ ਕੱਪੜਾ ਪਿਆ ਮਾਰਕੀਟ ਦੇ ਵਿੱਚ, ਦੇਖ ਸਕਦੇ ਹੋ।
ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਇਧਰਲੀ ਸਾਈਡ। ਪਹਿਲਾਂ ਆਪਾਂ ਤੁਹਾਨੂੰ ਇਧਰੋਂ ਦਿਖਾਈ ਸੀ, ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾ ਰਹੇ ਹਾਂ ਮਾਰਕੀਟ। ਤੇ ਜਿਵੇਂ ਆ ਕੱਛੇ ਵਗੈਰਾ ਹੋ ਗਏ, ਲੋ ਵੀ ਪੂਰੇ ਵਧੀਆ ਪਏ ਨੇ। ਤੇ ਬਾਕੀ ਆਹ ਪਏ ਨੇ, ਬਾਕੀ ਆ ਲੋਹਰਾਂ ਪਈਆਂ ਨੇ। ਤੇ ਆਹ ਅੱਗੇ ਪਏ ਨੇ, ਲੋ ਵੀ। ਤੇ ਆਹ ਸਲਟਾਂ ਪਈਆਂ ਨੇ, ਲੋ ਵੀ ਸਲਟਾਂ ਪਈਆਂ ਨੇ ਸਾਰੀਆਂ। ਤੇ ਕਾਫੀ ਵੱਡੀ ਮਾਰਕੀਟ ਆ ਲੁਧਿਆਣੇ ਦੀ, ਲੋਹਰਾਂ ਪਈਆਂ ਨੇ 150 ਦੀਆਂ ਜੀ, 150 ਪਜਾਮਾ ਟੀ ਸ਼ਰਟ ਬਾਈ ਕਹਿੰਦਾ 150। ਬਾਕੀ ਕਾਫੀ ਹੋਰ ਵੀ ਪਏ ਨੇ ਬਾਈ ਕੋਲੇ। ਤੇ ਬਾਕੀ ਆ ਟਾਵਲ ਵਗੈਰਾ ਆ ਗਏ, ਟਾਵਲ ਪਏ ਨੇ ਜਿਵੇਂ ਆ ਟਾਵਲ ਪਏ ਨੇ। ਕੀ ਰੇਟ ਆ ਵੀਰੇ? 250 ਦੇ 2 ਲੋਕ ਵੀ ਤੁਹਾਨੂੰ ਲੁਧਿਆਣੇ ਮਿਲ ਜਾਣਗੇ। ਬਾਕੀ ਆਪਾਂ ਚੱਲਦੇ ਹਾਂ ਅੱਗੇ। ਬਾਕੀ ਆਹ ਪਈਆਂ ਨੇ ਸਲਟਾਂ, ਦੇਖ ਕਿਵੇਂ ਪਈਆਂ ਨੇ ਸਲਟਾਂ। ਬਾਕੀ ਅੱਗੇ ਹੋਰ ਕੱਪੜੇ ਮਿਲ ਜਾਣਗੇ, ਬਾਕੀ ਬੱਚੇ ਦੀ ਖੇਡਾਂ ਵੀ ਪਈਆਂ ਨੇ। ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਲੁਧਿਆਣੇ ਦਾ ਘੰਟਾ ਘਰ ਦਾ ਬਾਜ਼ਾਰ, ਜਿਹਨੂੰ ਚੌੜਾ ਬਾਜ਼ਾਰ ਵੀ ਕਹਿੰਦੇ ਆ। ਲਓ ਵੀ ਸੇਲ ਲੱਗੀ 160 ਰੁਪਈਏ, ਚੈੱਕ ਕਰੋ, ਚੈੱਕ 160 ਰੁਪਈਏ। ਤੇ ਬਾਕੀ ਇੱਧਰ ਹੋ ਗਈਆਂ ਜਿਵੇਂ ਕੱਸੇ ਵਗੈਰਾ ਹੋ ਗਏ, ਆਹ ਟੀ ਸ਼ਰਟਾਂ ਹੋ ਗਈਆਂ ਜਿਵੇਂ, ਅਤੇ ਆਹ ਪਈਆਂ ਨੇ ਕਾਫੀ ਪੈਂਟਾਂ ਪਈਆਂ ਨੇ ਜਿਵੇਂ। ਅਤੇ ਕਾਫੀ ਵੱਡੀ ਇਹ ਮਾਰਕੀਟ ਆ। ਬਾਕੀ ਆਹ ਟੀ ਸ਼ਰਟਾਂ ਪਈਆਂ ਨੇ ਜਿਵੇਂ, ਅਤੇ ਆਹ ਬੱਚੇ ਵਾਲੇ ਪਏ ਨੇ 135-135 ਰੁਪਏ ਦੱਸਿਆ, 200 ਜਿਵੇਂ ਦੱਸਿਆ ਹੋਇਆ ਉੱਪਰ। ਔਰ ਕਾਫੀ ਵੱਡੀ ਆ, ਤੁਸੀਂ ਆ ਕੇ ਲੈ ਸਕਦੇ। ਲਓ ਜੀ ਕਰੋ ਚੈੱਕ ਕਿੰਨਾ ਵੱਡੇ ਬਾਈ। ਅਤੇ ਆਹ ਹੈਗੀ ਬੂਟਾਂ ਦੀ ਸੇਲ, 250-200-250। ਲਓ ਵੀ 250-200 ਬੂਟਾਂ ਦੀ ਸੇਲ, ਅਤੇ ਆਹ ਵੀ ਸੇਲ ਲੱਗੀ ਹੋਈ ਆ ਇੱਥੇ, ਆਹ ਵੀ ਸੇਲ ਲੱਗੀ ਹੋਈ ਆ। ਲਓ ਜੀ, ਅਤੇ ਇੱਧਰ ਵੀ ਹੈਗੀ ਆ ਕਾਫੀ ਮਾਰਕੀਟ ਇਹ। ਅਤੇ ਇੱਥੇ ਜਿਵੇਂ ਆਹ ਜੁੱਤੀਆਂ ਹੋ ਗਈਆਂ ਬੱਚੇ ਵਾਲੇ, ਛੋਟੀਆਂ ਪੰਜਾਬੀ ਜੁੱਤੀਆਂ, ਪੰਜਾਬੀ ਜੁੱਤੀਆਂ ਹੋ ਗਈਆਂ। ਕੀ ਰੇਟ ਆ ਵੀਰੇ ਇਹਦਾ? ਜੁੱਤੀ ਦਾ 100 ਰੁਪਏ, 100 ਰੁਪਏ ਆਈ ਆ ਸਾਰੀ। ਕੋਈ ਵੀ ਤੁਸੀਂ ਜਿਹੜੀ ਮਰਜ਼ੀ ਲੈ ਲਓ ਬਾਈ, ਕਹਿੰਦਾ 100 ਰੁਪਏ ਆ ਸੈਂਡਲ ਛੱਡ ਕੇ। ਅਤੇ ਬਾਕੀ ਆ ਬੂਟ ਵਗੈਰਾ ਹੋ ਗਏ, ਜਿਵੇਂ ਬੂਟ ਵੀ ਮਿਲ ਜਾਣਗੇ ਤੁਹਾਨੂੰ। ਬਾਕੀ ਚੱਪਲਾਂ ਸੈਂਡਲ, ਅਤੇ ਆਹ ਚੱਪਲਾਂ ਮਿਲ ਜਾਣਗੀਆਂ ਐਵੇਂ ਦੀਆਂ, ਅਤੇ ਆਹ ਚੱਪਲਾਂ ਪਈਆਂ ਨੇ, ਬਾਕੀ ਉੱਧਰ ਪਈਆਂ ਨੇ ਸਾਰੀਆਂ, ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਣਗੀਆਂ। ਅਤੇ ਕਾਫੀ ਵੱਡੀ ਇਹ ਮਾਰਕੀਟ ਆ ਲੁਧਿਆਣੇ ਦੀ। ਅਤੇ ਲਓ ਜੀ ਸਾਰਾ ਇਹ ਮਾਰਕੀਟ ਤੁਹਾਨੂੰ ਆਪਾਂ ਦਿਖਾ ਦਈ, ਬਾਕੀ ਉੱਪਰ ਦੇਖ ਸਕਦੇ ਹੋ। ਬਾਕੀ ਆਹ ਪਏ ਨੇ ਜਿਵੇਂ, ਅਤੇ ਉੱਪਰ ਬਾਕੀ ਸੋਹਣੇ ਸੋਹਣੇ ਸੂਟ ਤੁਹਾਨੂੰ ਇੱਥੋਂ ਮਿਲ ਜਾਣਗੇ ਜਿਵੇਂ, ਆਹ ਪਏ ਨੇ ਸੂਟ। ਬਾਕੀ ਆਹ ਦੇਖੋ ਲੋਰਾਂ ਤੁਸੀਂ ਗਲਤਾਂ ਪਈਆਂ ਨੇ। ਅਤੇ ਸਾਹਮਣੇ ਬਿਲਕੁਲ ਕੋਲ ਲੰਘ ਰਿਹਾ, ਉੱਪਰ ਲਿਖਿਆ ਫੁਹਾਰਾ ਚੌਂਕ DM ਹਸਪਤਾਲ ਰੇਲਵੇ ਸਟੇਸ਼ਨ, ਇੱਥੋਂ ਤੁਸੀਂ ਆ ਕੇ ਮਾਰਕੀਟ ਸਾਰੀ ਦੇਖ ਸਕਦੇ ਹੋ। ਸਾਰੀ ਇੱਧਰ ਮਾਰਕੀਟ ਹੈ। ਅਤੇ ਜਿਵੇਂ ਆਹ ਪਏ ਨੇ ਬੱਚਿਆਂ ਵਾਲੇ ਕੱਪੜੇ, ਤੁਹਾਨੂੰ ਬੱਚੇ ਵਾਲੇ ਕੱਪੜੇ ਮਿਲ ਜਾਣਗੇ, ਬੈਲਟਾਂ ਮਿਲ ਜਾਣਗੀਆਂ, ਬੈਲਟਾਂ ਪਈਆਂ ਨੇ। ਲਓ ਜੀ ਇਹ ਸੀ ਸਾਰੀ ਲੁਧਿਆਣੇ ਦੀ ਮਾਰਕੀਟ ਜਿਹੜੀ ਤੁਹਾਨੂੰ ਆਪਾਂ ਦਿਖਾਈ ਹੈ। ਅਤੇ ਬਾਕੀ ਇੱਧਰ ਹੋਟਲ ਵਗੈਰਾ ਹੈਗੇ, ਅਤੇ ਬਾਕੀ ਇੱਧਰ ਹੋਟਲ ਵਗੈਰਾ ਖਾਣ ਨੂੰ ਵੀ ਹੈਗਾ। ਇਹ ਨਹੀਂ ਹੈਗਾ ਤੁਸੀਂ ਸ਼ੋਪਿੰਗ ਕਰਦੇ, ਤੁਸੀਂ ਭੁੱਖੇ ਰਹਿ ਜਾਓਗੇ, ਭੁੱਖੇ ਨਹੀਂ ਰਹਿ ਸਕਦੇ ਤੁਸੀਂ। ਨਾਲ ਬੂਟ ਵਗੈਰਾ ਹੈਗੇ ਖਾਣ ਪੀਣ ਨੂੰ ਇੱਧਰ। ਅਤੇ ਬਾਕੀ ਆਹ ਪਈ ਆ, ਇੱਧਰ ਵੀ ਦੁਕਾਨਾਂ ਹੈਗੀਆਂ ਨੇ ਕੱਪੜੇ ਦੀਆਂ, ਜਿਵੇਂ ਆਹ ਦੇਖੋ ਬਹੁਤ, ਇੱਧਰ ਵੀ ਤੇਲ ਮੰਗੂ, ਮਤਲਬ 250 ਤੇਲ ਆ, ਜਿਵੇਂ ਆਹ ਦੇਖੋ ਸਾਰੀ। ਅਤੇ ਬਾਕੀ ਆ ਟਾਵਲ ਵਗੈਰਾ ਜਿਵੇਂ ਪਏ ਨੇ ਟਾਵਲ, ਬਾਕੀ ਆ ਬੂਟ 350-350 ਹਾਂ 350-250। ਬਾਕੀ ਆਹ ਦੇਖੋ ਜਿਵੇਂ 100 ਰੁਪਈਆ ਸਾਰੀ ਸੇਲ ਲੱਗੀ ਹੋਈ ਹੈ।
ਤੇ ਇਹ ਬਿਲਕੁਲ ਬਾਹਰ ਆਉਂਦੇ ਥੋੜਾ ਮਾਰਕੀਟ ਤੋਂ ਬਾਹਰ ਆ ਕੇ ਰੋਡ ਦੇ ਉੱਪਰ ਹੀ ਇਹ ਸੇਲ ਲੱਗੀ ਹੋਈ ਆ ਤੇ ਤੁਹਾਨੂੰ JMD ਮੌਲ ਤੋਂ ਤੁਹਾਨੂੰ ਸਾਰੀ ਇਹ ਕੱਪੜਾ ਦਿਖਣ ਲੱਗ ਜੂਗਾ ਕਾਫੀ ਵੱਡੀ ਮਾਰਕੀਟ ਆ ਕੱਪੜੇ ਦੀ ਤੇ ਜਿਵੇਂ ਆਹ ਦੇਖ ਸਕਦੇ ਲਓ ਜੀ ਤੇ ਆਪਾਂ ਇੱਕ ਟਾਈਮ ਫਿਰਦੇ ਹਾਂ ਲੁਧਿਆਣੇ ਤੇ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਕਿਵੇਂ ਤੇ ਕਿੱਥੇ ਆ ਜਾਂਦੇ ਬਾਕੀ ਤੁਸੀਂ ਬੱਸ ਸਟੈਂਡ ਆਉਂਦੇ ਤਾਂ ਬੱਸ ਸਟੈਂਡ ਤੋਂ ਆਟੋ ਲੈ ਕੇ ਤੁਸੀਂ ਆ ਸਕਦੇ 20 ਰੁਪਏ ਆਟੋ ਵਾਲਾ ਲੈਂਦਾ ਇੱਕ ਤੱਕ ਦਾ ਤਾਂ ਤੁਸੀਂ ਘੰਟਾ ਘਰ ਆ ਕੇ ਇਹ ਸਾਰੀ ਮਾਰਕੀਟ ਦੇਖ ਸਕਦੇ ਹੋ ਤੇ ਕਾਫੀ ਵੱਡੀ ਮਾਰਕੀਟ ਹੈ ਤੁਹਾਨੂੰ ਪਹਿਲਾਂ ਹੀ ਦੱਸਦਾ ਤੇ ਬਾਕੀ ਆਹ ਦੇਖੋ ਇੱਧਰ ਵੀ ਬਹੁਤ ਕੱਪੜਾ ਪਿਆ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਆਪਾਂ ਤੁਹਾਨੂੰ ਸਾਰੀ ਅੱਗੇ ਮਾਰਕੀਟ ਦਿਖਾਈ ਆ ਤੇ ਬਾਕੀ ਬੈਗ ਵਗੈਰਾ ਵੀ ਪਏ ਨੇ ਜਿਵੇਂ ਬੈਗ ਪਏ ਨੇ ਆਹ ਬੈਗ ਪਏ ਨੇ ਜਿਵੇਂ ਆਹ ਦੇਖੋ ਬੈਗ ਪਏ ਨੇ ਇੱਥੇ ਵੀ ਬੈਗ ਪਏ ਨੇ ਬਾਕੀ ਹੋਰ ਜਿਵੇਂ ਕੱਪੜੇ ਮਿਲ ਜਾਣਗੇ ਤੁਹਾਨੂੰ ਸਾਰੇ ਲਓ ਜੀ ਬਾਕੀ ਆਹ ਜਿਵੇਂ ਜੁੱਤੀਆਂ ਪਈਆਂ ਨੇ ਸੋਹਣੀਆਂ ਸੋਹਣੀਆਂ ਜੁੱਤੀਆਂ ਬੱਚਿਆਂ ਦੇ ਕੱਪੜੇ ਲੋਹਰਾਂ ਠੀਕ ਹੈ ਜੀ ਬਾਕੀ ਟੀ ਸ਼ਰਟਾਂ ਇੱਥੇ ਵੀ ਸੇਲ ਦੇ ਹਿਸਾਬ ਨਾਲ 150 ਨੂੰ ਮਿਲ ਜਾਣਗੇ ਤੁਹਾਨੂੰ ਜਿਵੇਂ ਆਹ ਦੇਖੋ ਟੀ ਸ਼ਰਟਾਂ ਠੀਕ ਹਾਲ ਤਾਂ ਤੇ ਅੱਜ ਦੀ ਵੀਡੀਓ ਅੱਜ ਮੈਂ ਸਿਰਫ ਲੁਧਿਆਣੇ ਦੀ ਮਾਰਕੀਟ ਦਿਖਾਈ ਆ ਸਾਰੀ ਲਓ ਜੀ ਇਹ ਜੀ ਲੁਧਿਆਣੇ ਦੀ ਸਾਰੀ ਮਾਰਕੀਟ ਜਿਹੜੀ ਤੁਹਾਨੂੰ ਆਪਾਂ ਦਿਖਾਈ ਆ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਦਿੰਦੇ ਹੋ ਅਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਹੋਰ ਘੈਂਟ ਘੈਂਟ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਲਓ ਜੀ ਲਓ ਵੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਇਆ ਲੁਧਿਆਣੇ ਦਾ ਘੰਟਾ ਬਾਜ਼ਾਰ ਦਾ ਕੱਪੜਾ ਵੈਸੇ ਇਹਨੂੰ ਚੌੜਾ ਬਾਜ਼ਾਰ ਵੀ ਕਹਿੰਦੇ ਆ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਠੀਕ ਆ ਜੀ ਇਹ ਵੀਡੀਓ ਕਰਦੇ ਅਸੀਂ ਐਂਡ